ਜਿਹੜਾ ਇੱਕ ਵਾਰ ਇਹ ਲੱਗਦਾ ਸੀ ਵੀ ਜਿਵੇਂ ਪੰਜਾਬ ਤਾਂ ਨਸ਼ਿਆਂ ਦੇ ਰਾਹ ਪੈ ਗਿਆ ਤੇ ਹੁਣ ਇਹ ਕਦੇ ਵੀ ਲੜ ਨਹੀਂ ਸਕੂਗਾ, ਉਹ ਗੱਲ ਚੁਟਲਾਤੀ। ਜਿਵੇਂ ਵਾਹਿਗੁਰੂ ਨੇ ਜਿਵੇਂ ਸਾਜੇ ਸੀ ਆਜ਼ਾਦ ਰੂਹਾਂ ਵੀ ਸਾਨੂੰ ਨਾ ਕਿਸੇ ਹਕੂਮਤ ਦਾ ਪੈ ਹੈ ਤੇ ਨਾ ਕਿਸੇ ਹੋਰ ਗੱਲ ਦਾ। ਅੱਜ ਉਹ ਉਸ ਰਾਂ ਦੇ ਵਿੱਚ ਇੱਥੇ ਮੈਂ ਤੁਰਦੇ ਫਿਰਦੇ ਵਿਚਰਦੇ ਜਿਵੇਂ ਇਤਿਹਾਸ ਤੁਰਿਆ ਫਿਰਦਾ ਪੁਰਾਣਾ ਫੇਰ ਪੰਜਾਬ ਤੇ ਸ਼ਹੀਦਾਂ ਤੇ ਯੋਧਿਆਂ ਦੀਆਂ ਕਮਾਈਆਂ ਉਹ ਇੰਨੀਆਂ ਕਮਜ਼ੋਰ ਨਹੀਂ ਵੀ ਹਵਾ ਦੇ ਬੁੱਲੇ ਜੇ ਆਉਣ ਹਾਲਾਤ ਦੇ ਤੇ ਉਹਨਾਂ ਨੂੰ ਹੋਰ ਲੈ ਜਾਣ। ਸੋ ਪੰਜਾਬ ਮੁੜ ਕੇ ਫਿਰ ਜਾਗ ਗਿਆ, ਪੂਰਾ ਜਾਗ ਗਿਆ, ਤਾਕਤ ਦੇ ਨਾਲ ਜਾਗ ਗਿਆ ਤੇ ਜਾਗ ਕੇ ਗਰਜਿਆ ਵੀ। ਇੱਕ ਗੱਲ ਹੈ ਵੀ ਜੇ ਇਹ ਸੰਘਰਸ਼ ਕਿਤੇ ਫੇਲ ਹੋ ਗਿਆ ਕਿਸੇ ਵੀ ਢੰਗ ਨਾਲ ਉਹਦੇ ਸਿੱਟੇ ਬਹੁਤ ਖਤਰਨਾਕ ਮਾਰੂ ਨਿਕਲਣ, ਪਰ ਲੋਕ ਮਜਬੂਰ ਕਰ ਦਿੰਦੇ ਆ ਵੱਡਿਆਂ ਵੱਡਿਆਂ ਨੂੰ ਵੀ ਕੀਤਾ ਹੋਇਆ। ਇਹ ਤਾਂ ਹੁਣ ਲੋਕਾਂ 'ਤੇ ਹੈ ਵੀ ਲੋਕ ਉਹ ਪ੍ਰੈਸ਼ਰ ਬਿਲਡ ਹੁੰਦਾ ਕਿ ਨਹੀਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਕਰਨ ਸ਼ਰਮਾ। ਸਾਲ 1947 ਤੋਂ ਪਹਿਲਾਂ ਇੱਕ ਲੰਮਾ ਸੰਘਰਸ਼ ਚੱਲਿਆ, ਦੇਸ਼ ਆਜ਼ਾਦ ਹੋਇਆ। ਆਜ਼ਾਦੀ ਤੋਂ ਬਾਅਦ ਖਾਸ ਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਮੋਰਚੇ ਲੱਗੇ, ਭਾਸ਼ਾਵਾਂ ਲਈ ਮੋਰਚੇ ਲੱਗੇ, ਪਾਣੀਆਂ ਦੇ ਲਈ ਵੱਖਰੇ ਇੱਕ ਚੰਗੇ ਰਾਜ ਦੇ ਲਈ ਲੱਗੇ, ਉਦੋਂ ਬਾਅਦ ਚ ਸਾਕੇ ਵੀ ਹੋਏ ਸੂਬੇ ਦੇ ਵਿੱਚ। ਲੇਕਿਨ ਅੱਜ ਦੇ ਸਮੇਂ 'ਚ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਉਹ 'ਚ ਬਹੁਤ ਸਾਰੀਆਂ ਉਮੀਦਾਂ ਵੀ ਜਾਗ ਰਹੀਆਂ ਨੇ, ਉਹ 'ਚ ਬਹੁਤ ਸਾਰੀਆਂ ਵਿਚਾਰਾਂ ਵੀ ਨਿਕਲ ਰਹੀਆਂ ਨੇ। ਇਹ ਸਾਰਾ ਕੁਝ ਸਮਝਾਂਗੇ ਕਿ ਹੋ ਕੀ ਮਾਇਨੇ ਸਮਝੇ ਜਾਣ ਸਾਡੇ ਨਾਲ ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਜੀ ਨੇ। ਸਤਿ ਸ਼੍ਰੀ ਅਕਾਲ ਸਰ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਮੌਕੇ ਤੇ ਪਹੁੰਚੇ ਹੋ, ਤੁਹਾਡੇ ਤੱਕ ਖਬਰਾਂ ਵੀ ਲਗਾਤਾਰ ਪਹੁੰਚ ਰਹੀਆਂ ਸੀਗੀਆਂ, ਕਿਵੇਂ ਦੇਖਦੇ ਹੋ, ਕਿਵੇਂ ਪੜ੍ਹ ਰਹੇ ਹੋ ਸਾਰੇ ਕਾਸੇ ਨੂੰ? ਪੜ੍ਹ ਰਹੇ ਹਾਂ ਜੀ। ਦੇਖੋ, ਇੱਕ ਤਾਂ ਇਹ ਹੈ ਵੀ ਕਈ ਗੱਲਾਂ ਬੜੀਆਂ ਪੋਜ਼ਿਟਿਵ ਰਿਵੀਲ ਹੋਈਆਂ ਜਿਨ੍ਹਾਂ ਦਾ ਮਨ ਹੌਸਲਾ ਵੱਧਦਾ, ਮਤਲਬ ਮਨ ਨੂੰ ਤਾਕਤ ਮਿਲਦੀ ਹੈ। ਜਿਹੜਾ ਇੱਕ ਵਾਰ ਇਹ ਲੱਗਦਾ ਸੀ ਵੀ ਜਿਵੇਂ ਪੰਜਾਬ ਤਾਂ ਨਸ਼ਿਆਂ ਦੇ ਰਾਹ ਪੈ ਗਿਆ ਤੇ ਹੁਣ ਇਹ ਕਦੇ ਵੀ ਲੜ ਨਹੀਂ ਸਕੂਗਾ, ਉਹ ਗੱਲ ਚੁਟਲਾਤੀ ਹੈ। ਤੇ ਜਿਹਦੇ ਨਾਲ ਇਹ ਗੱਲ ਸਾਬਤ ਹੋ ਗਈ ਵੀ ਜੋ ਇੱਥੇ ਗੁਰੂ ਸਾਹਿਬਾਨ ਦੀਆਂ ਤੇ ਸ਼ਹੀਦਾਂ ਤੇ ਯੋਧਿਆਂ ਦੀਆਂ ਕਮਾਈਆਂ ਨੇ ਉਹ ਇੰਨੀਆਂ ਕਮਜ਼ੋਰ ਨਹੀਂ ਵੀ ਹਵਾ ਦੇ ਬੁੱਲੇ ਜੇ ਆਉਣ ਹਾਲਾਤ ਦੇ ਤੇ ਉਹਨਾਂ ਨੂੰ ਹੋਰ ਲੈ ਜਾਣ। ਉਹ ਇੰਟੈਕਟ ਪਿਆ, ਪਰ ਉਹ ਕਿਸੇ ਮੌਕੇ ਕਦੋਂ ਜਾਗਦਾ ਮੁੜ ਕੇ ਇਹ ਕੋਈ ਨਹੀਂ ਕਹਿ ਸਕਦਾ ਹੁੰਦਾ। ਇਹ ਤਾਂ ਬਹੁਤ ਕੁਛ ਇੱਕ ਰਹੱਸ ਹੀ ਹੈ, ਸਮਝ ਲਓ। ਇਹ ਤੇ ਅਸੀਂ ਅਕਲਾਂ ਨਾਲ ਨਹੀਂ ਇਹ ਗੱਲਾਂ ਬੁੱਝੀਆਂ ਜਾ ਸਕਦੀਆਂ। ਸੋ ਪੰਜਾਬ ਮੁੜ ਕੇ ਫਿਰ ਜਾਗ ਗਿਆ, ਪੂਰਾ ਜਾਗ ਗਿਆ, ਤਾਕਤ ਦੇ ਨਾਲ ਜਾਗ ਗਿਆ ਤੇ ਜਾਗ ਕੇ ਗਰਜਿਆ ਵੀ ਹੈ। ਹਾਂ, ਉਹ ਅਸੀਂ ਗਰਜ ਹੀ ਸੁਣ ਰਹੇ ਹਾਂ ਅੱਜ ਦਿੱਲੀ ਦੇ ਵਿੱਚ ਆ ਕੇ, ਉਹੀ ਦਿੱਲੀ ਜਿੱਥੇ ਪਹਿਲਾਂ 4 ਦਹਾਕੇ ਪਹਿਲਾਂ ਸਿੱਖਾਂ ਨੂੰ ਕਿਸ ਤਰ੍ਹਾਂ ਕਤਲਿਆਂ ਨਸਲਕੁਸ਼ੀ ਕੀਤੀ ਗਈ, ਕਿੱਡਾ ਜ਼ੁਲਮ ਹੋਇਆ, ਕੀ ਕੁਛ ਹੋਇਆ ਸਿੱਖਾਂ ਦੇ ਨਾਲ, ਅੱਜ ਉਸੇ ਧਰਤੀ ਤੇ ਆ ਕੇ ਉਹ ਆਪਦੇ ਆਪ ਨੂੰ ਬਿਲਕੁਲ ਦਬਾਅ ਮੁਕਤ, ਜਿਵੇਂ ਆਜ਼ਾਦ, ਜਿਵੇਂ ਵਾਹਿਗੁਰੂ ਨੇ ਜਿਵੇਂ ਸਾਜੇ ਸੀ ਆਜ਼ਾਦ ਰੂਹਾਂ ਵੀ ਸਾਨੂੰ ਨਾ ਕਿਸੇ ਹਕੂਮਤ ਦਾ ਪੈ ਹੈ ਤੇ ਨਾ ਕਿਸੇ ਹੋਰ ਗੱਲ ਦਾ। ਅੱਜ ਉਹ ਉਸ ਰਾਂ ਦੇ ਵਿੱਚ ਇੱਥੇ ਮੈਂ ਤੁਰਦੇ ਫਿਰਦੇ ਵਿਚਰਦੇ ਜਿਵੇਂ ਇਤਿਹਾਸ ਤੁਰਿਆ ਫਿਰਦਾ ਪੁਰਾਣਾ ਫੇਰ ਪੰਜਾਬ ਦਾ। ਸੋ ਇਹ ਤੇ ਹਾਂ, ਫਿਰ ਪੰਜਾਬ ਦਾ ਸਾਰਾ ਵਿਰਸਾ ਤੁਰ ਫਿਰ ਰਿਹਾ ਸੜਕਾਂ ਤੇ, ਇਹੀ ਗੱਲ ਮੈਨੂੰ ਉੱਥੋਂ ਖਿੱਚ ਕੇ ਲਿਆਈ, ਮੇਰਾ ਕੋਈ ਆਉਣ ਦਾ ਪ੍ਰੋਗਰਾਮ ਨਹੀਂ ਸੀ। ਸਵਾਲ, ਸੋਸ਼ਲ ਮੀਡੀਆ ਤੇ ਜਿਹੜੇ ਤਸਵੀਰਾਂ ਦੇਖ ਰਹੇ ਨੇ ਜਾਂ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਨੇ, ਕਹਿੰਦੇ ਕਿ ਪੰਜਾਬੀਆਂ ਦੇ ਵਿੱਚ ਖਾਸ ਕਰ ਜਿਹੜੇ ਕਿਸਾਨ ਪੰਜਾਬ ਹਰਿਆਣਾ ਤੋਂ ਆਏ ਨੇ, ਇੰਨੀ ਊਰਜਾ ਕਿੱਥੋਂ ਹੈ ਇਹਨਾਂ ਦੇ ਵਿੱਚ, ਇੰਨੀ ਊਰਜਾ ਦਾ ਸਾਧਨ, ਇਤਿਹਾਸ ਵੀ ਸਾਡਾ ਮਾਣ ਮੱਤਾ ਰਿਹਾ, ਤੁਹਾਨੂੰ ਕੀ ਲੱਗਦਾ ਕਿ ਊਰਜਾ ਦਾ ਸਾਧਨ ਕੀ ਹੈਗਾ? ਊਰਜਾ ਦਾ ਸਾਧਨ ਤਾਂ ਇਹ ਵੀ ਜਿਹੜਾ ਇਹਨਾਂ ਦਾ ਵਿਸ਼ਵਾਸ ਹੈ ਨਾ ਗੁਰੂ ਦੇ ਵਿੱਚ, ਬਿਲਕੁਲ ਜਿੱਥੇ ਕੋਈ ਸ਼ੱਕ ਤੇ ਕਿੰਤੂ ਕੋਈ ਨਹੀਂ, ਟੋਟਲ ਸਮਰਪਣ ਹੈ। ਸੋ ਗੁਰੂ ਨੂੰ ਜਿਹੜੀਆਂ ਅੱਖਾਂ ਨਾਲ ਸਿੱਖ ਦੇਖਦਾ ਦੂਜੇ ਬੰਦੇ ਨਹੀਂ ਦੇਖ ਸਕਦੇ। ਉਹਦੇ 'ਚ ਵੀ ਕਈ ਵਾਰ ਸਿੱਖਾਂ ਦੀ ਨਜ਼ਰ ਵੀ ਧੁੰਦਲੀ ਹੁੰਦੀ ਹੈ, ਉਹਦੇ 'ਚ ਵੀ ਪ੍ਰੋਬਲਮ ਆਉਂਦੀਆਂ, ਪਰ ਫਿਰ ਵਾਹਿਗੁਰੂ ਕੁਛ ਇਹੋ ਜਿਹੇ ਮੌਕੇ ਰਚਦਾ ਜਿੱਥੇ ਜਾ ਕੇ ਉਹ ਆਪਦੇ ਗੁਰੂ ਨੂੰ ਬਿਲਕੁਲ ਸ਼ੁੱਧ ਰੂਪ 'ਚ ਦੇਖਣਾ ਸ਼ੁਰੂ ਕਰ ਦਿੰਦੇ। ਸੋ ਮੈਨੂੰ ਤਾਂ ਇਹ ਲੱਗਦਾ ਕਿ ਉਹ ਗੱਲ ਉਹ ਫਿਰ ਜਾ ਕੇ ਸਿੱਖਾਂ ਦੇ ਵਿੱਚੋਂ ਜਾਗੀ ਹੈ, ਉਹ ਬੜੇ ਇੱਕ ਜਿਵੇਂ ਸ਼ੁੱਧ ਨਜ਼ਰ ਦ੍ਰਿਸ਼ਟੀ ਦੇ ਨਾਲ ਉਹ ਆਪਣੇ ਪਿਛਲੇ ਸਾਰੇ ਕੁਛ ਨੂੰ ਦੇਖ ਰਹੇ ਨੇ। ਇਹ ਊਰਜਾ ਉੱਥੋਂ ਆਈ ਹੈ, ਇਹ ਕੋਈ ਜਿਸਮਾਨੀ ਨਹੀਂ ਗੱਲ, ਇਹ ਆਤਮਕ ਹੈ, ਇਹ ਤਾਂ ਸੋਮਾ ਆਤਮਕ ਹੈ, ਇਹਦਾ ਸੋਮਾ ਆਤਮਕ ਹੈ। ਬਾਬੇ ਤੁਹਾਡੇ ਤੇ ਵੀ ਗੱਲ ਸਮਝਾਂਗੇ ਕਿ ਮੀਡੀਆ ਇੱਕ ਚੌਥਾ ਥੰਮ ਸਮਾਜ ਦਾ ਮੰਨਿਆ ਜਾਂਦਾ ਹੈ,
एक सकारात्मक कवरेज की भी लोड़ सी, लेकिन नैशनल मीडिया की जेकर गल करिए इस कवरेज नू या फिर इस पूरे संघर्ष नू कोई होर रूप देने दी भी कोशिशां हो रही ने। कहा जा रहा है कि किसान राही अतवाद, ये सारे कासे नू किवें देखदे हो? देश दे बाकी सूबे किवें इनू डीकोड कर रहे होणगे, किहो जिहा सुनेहा भेजण दी कोशिश? देखो ये तो कोई पहली बार नहीं हो रहा, सिखण तां इहदा बड़ा कुछ भोग गया है। मीडिया ही है जिहड़ा मीडिया ने ना हमेशा ही 47 तों बाद लगातार सिखां दे हर हक्की काज नू, उन्हां दी हर उमंग नू, उन्हां दे हर पवित्र जज्बे नू जिस तरह पेश कीता इन्हां ने, ओह इही धंधा है इन्हां दा। पर हुण क्योंकि जोगी इस तरह दा आ गया जिथे हर चीज च क्रूपता ज्यादा आ गई, सो अज मीडिया च भी ओह क्रूपता ज्यादा आ गई है। होर कोई गल नहीं, ये अर्णव गोस्वामी होर कोई ए नहीं भी यह लाला जगत नारायण तो वखरा है, ये क्रूपबद्ध हो गया बस। सो इस करके वह मीडिया से तो सानू अपन कोई है या नहीं, कला मीडिया नहीं जिन्हें भी इंस्टीट्यूशन है अदालतों तो लैके सारे सारे जो स्टेट के इंस्टीट्यूशन है वह सारे निगर भी गए, बहुत वह जालम ते निर्दयी भी बन गए, बहुत अंदर उन्होंने पदार्थवादी जी भुक है जी ना जी कारपोरेट्स दी बन गए, कठपुतलिया बन गई। हाँ जी हाँ, सो ये समय का साइन है। बाबा जी संघर्ष तो पहला आप देख रहे सी पंजाब एक बेउमीदा होया पिया सी, कहिंदे कि हनेरे वल नूं जा रहा है, तरह तरह की कवरेज आप देख रहे सी, जो सुर्खियां रोज सीगियां, पर एक उम्मीद जागी संघर्ष तो, इस संघर्ष तो जिहड़ी उम्मीद उभर रही है उस उम्मीद नूं तुसीं किवें देखदे हो? देखो उम्मीद तो बहुत उभर रही है, जिहड़े इकल्ले उपदेशां नाल ते भाषणां नाल नहीं बंदे बदलदे हुंदे जी, बड़ा प्रचार कर देण, धर्म वाले भी कर देण, दूजे भी कर देण, उह प्रचार नहीं गल। संघर्ष दौरान ही बड़ा कुछ जिहड़ी उन्हां दी पॉजिटिव एनर्जी है ना, वह संघर्ष दौरान जागदी है। संघर्ष लड़ना बहुत जरूरी है कौमां वास्ते, सिख वास्ते तां खास करके, हर कुछ सालां उहदे नाल उहदी काया जिहड़ी शुद्ध बनी रहिंदी है, उहदी मत वी ते काया वी, सो असीं तां इहनूं वेलकम करदे हां। बिलकुल, एक जिवें मौजूदा दौर च जिहड़ियां जथेबंदियां इहनां च इक आ जिहड़ा घट नजर आ रहा है पंजाब जिहड़े लोग घरे बैठे ने एक चिंता दे विच वी आ, क्योंकि दिल्ली तक पहले पहुंचना एक वड्डा टारगेट सी, इत्थे पहुंच गए हुण एक एक करके कई तरह के मन च शंके भी ने, किवें देखदे हो वी तुहानूं लगदा कि एक हो सकेगा, कित्थे करके तुहानूं लगदा तंगी तोशी? देखो जे जतन कीते जाण हो सकू, जिहड़ा आपां नूं एके दी घाट है ना, उह कल्ली जथेबंदियां च नहीं, उह साडे परिवारां च वी है, साडे समाज च वी है, सो इस करके कोई विलक्खणता नहीं, इह सारियां पार्टियां च ही है, ਇਹ ਵਰਤਾਰਾ ਇਸ ਤਰ੍ਹਾਂ ਹੀ ਹੈ, ਤੇ ਦੇਖਦੇ ਹਾਂ ਇਹ ਸੰਘਰਸ਼ ਚੋਂ ਕੋਈ ਕੀ ਸਿੱਖਦਾ ਕੀ ਕੱਢਦਾ। ਤੇ ਇੱਕ ਗੱਲ ਹੈ ਵੀ ਜੇ ਇਹ ਸੰਘਰਸ਼ ਕਿਤੇ ਫੇਲ ਹੋ ਗਿਆ ਕਿਸੇ ਵੀ ਢੰਗ ਨਾਲ, ਉਹਦੇ ਸਿੱਟੇ ਬਹੁਤ ਖਤਰਨਾਕ ਮਾਰੂ ਨਿਕਲਣਗੇ ਤਬਾਹ ਕਰ, ਜਿਵੇਂ ਇਹ ਵੀ ਇੱਕ ਤਾਂ ਬੇਦਿਲੀ ਤੇ ਨਿਰਾਸ਼ਤਾ ਆਊਗੀ, ਭਵਿੱਖ ਚੋਂ ਉਮੀਦ ਉੱਡ ਜੂ, ਆਤਮਕ ਤੌਰ ਤੇ ਬੰਦੇ ਹਾਰ ਜਾਣਗੇ, ਫਿਰ ਉਹ ਜੋ ਵੀ ਗਲਤ ਚੀਜ਼ਾਂ ਸਮਾਜ ਚ ਵਾਪਰਦੀਆਂ, ਕ੍ਰਾਈਮ ਵੀ ਵਧੂ, ਨਸ਼ੇ ਵੀ ਵਧਣਗੇ, ਕਰੂਪਤਾ ਵੀ ਵਧੂ, ਸਭ ਕੁਛ ਵਧੂ। ਤੁਹਾਨੂੰ ਲੱਗਦਾ ਸਰਕਾਰ ਕਿਸੇ ਕੀਮਤ ਤੇ ਮੰਨੇਗੀ, ਕਿਉਂਕਿ ਇਸ ਤੱਕ ਤਾਂ ਪਹੁੰਚ ਗਈ ਸਰਕਾਰ ਵੀ ਅੜਿੱਗ ਹੈ? ਸਰਕਾਰ ਆਪਦੀ ਮਰਜ਼ੀ ਦੀ ਗੱਲ ਨੀ, ਉਹਨਾਂ ਦਾ ਨੀ ਜੀ ਕਰਦਾ, ਅਜੇ ਤੱਕ ਤਾਂ ਉਹਨਾਂ ਦਾ ਇਹ ਹੈ, ਕੱਲੀ ਇਹ ਨੀ ਵੀ ਲੋਕਾਂ ਦੀ ਕੋਈ ਵੀ ਪਰਵਾਹ ਨਾ ਕਰੋ, ਜੋ ਅਸੀਂ ਕਰਨਾ ਚਾਹੁੰਦੇ ਹਾਂ ਕਰੋ, ਉਸ ਤਰ੍ਹਾਂ ਦਾ ਜਿਹੜੀ ਇੱਕ ਅਥਾਰਟੀਨ ਰਜੀਮ ਹੁੰਦਾ ਹੈ, ਪਰ ਲੋਕ ਮਜਬੂਰ ਕਰ ਦਿੰਦੇ ਆ, ਵੱਡਿਆਂ ਵੱਡਿਆਂ ਨੂੰ ਵੀ ਕੀਤਾ ਹੋਇਆ, ਇਹ ਤਾਂ ਹੁਣ ਲੋਕਾਂ ਤੇ ਹੈ ਵੀ ਲੋਕ ਉਹ ਪ੍ਰੈਸ਼ਰ ਬਿਲਡ ਹੁੰਦਾ ਕਿ ਨਹੀਂ। ਤੁਸੀਂ ਪੂਰੇ ਮਾਹੌਲ ਨੂੰ ਦੇਖ ਰਹੇ ਹੋ, ਆਖਰੀ ਸਵਾਲ, ਭਵਿੱਖ ਕਿਵੇਂ ਦੇਖ ਰਹੇ ਹੋ, ਕਿਉਂਕਿ ਇੱਕ ਉਮੀਦ ਵੀ ਪੰਜਾਬ ਨੂੰ ਜਾਗੀ ਜਿਵੇਂ ਤੁਸੀਂ ਕਿਹਾ, ਜੇ ਫੇਲ ਹੁੰਦਾ ਤਾਂ ਉਮੀਦ ਚ ਦੋਵੇਂ ਗੱਲਾਂ ਪਈਆਂ, ਉਮੀਦਾਂ ਵੀ ਬੜੀਆਂ ਪਈਆਂ ਤੇ ਦੂਜੀ ਗੱਲ ਵੀ ਬੜੀ ਪਈ ਹੈ, ਦੋਵੇਂ ਹੁੰਦੀਆਂ ਹਮੇਸ਼ਾ, ਬਣ ਇੱਕ ਸਾਈਡ ਨਹੀਂ ਹੁੰਦੀ, ਇਹ ਹੁਣ ਸਾਡੇ ਤੇ ਆ ਵੀ ਆਪਾਂ ਕਦੋਂ ਕੀ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਸੀਂ, ਚੰਗਾ।